ਇਹ ਜਿੰਨੇ ਗੁਰੂ ਹੈ, ਜਿੰਨੇ ਗੁਰੂ ਹੈ ਭਾਈ, ਇਹ ਹਰੇਕ ਨੇ ਪੰਜਾ ਹੀ ਸੀ। ਹਰੇਕ ਗੁਰੂ ਦਾ, ਜੇ ਤੁਸੀਂ ਪਿਛਲੇ ਗੁਰੂਆਂ ਦਾ ਕਦੀ ਵੀ ਤੁਸੀਂ ਫੋਟੋਆਂ ਕੱਢ ਕੇ ਵੇਖੋ ਤੇ ਹਰੇਕ ਗੁਰੂ ਦਾ ਨਾ, ਬੜੇ ਗੁਰੂਆਂ ਦਾ, ਮਹਾਵੀਰ ਜੀ ਦਾ, ਸਾਡੇ ਗੁਰੂ ਨਾਨਕ ਸਾਹਿਬ ਦਾ, ਬੜਿਆਂ ਗੁਰੂਆਂ ਦਾ ਨਿਸ਼ਾਨ ਪੰਜਾ ਅਕਸਰ ਹੋਇਆ ਕਰਦਾ ਸੀ। ਇਹ ਗੁਰੂਆਂ ਦਾ ਚੋਣ ਨਿਸ਼ਾਨ ਨੀ ਜੀ, ਇਹ ਗੁਰੂਆਂ ਦਾ ਪੰਜਾ ਨੀ ਹੈਗਾ, ਇਹ ਤਾਂ 84 ਦਾ ਜਿਹਨੇ ਲੋਕਾਂ ਦੇ ਗਲ ਵੱਢੇ ਉਹ ਖੂਨੀ ਪੰਜਾ ਹੈ। ਉਹ ਖੂਨੀ ਪੰਜਾ ਜਿਹਨੇ ਗਲਾਂ 'ਚ ਪੈਰ ਪਾ ਕੇ ਸਾਡੀਆਂ, ਸਾਡੇ ਬੱਚਿਆਂ ਨੂੰ, ਧੀਆਂ ਭੈਣਾਂ ਨੂੰ, ਸਾਡੇ ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ ਫੂਕਿਆ, ਇਹ ਉਹ ਖੂਨੀ ਪੰਜਾ। ਇਹ ਜੀ ਅਸੀਂ ਇੱਕ ਜਿਹੜਾ ਆਪਣਾ ਪੰਜਾਬ ਬਚਾਓ ਯਾਤਰਾ ਦੇ ਸੰਬੰਧ ਦੇ ਵਿੱਚ ਸਾਡੀ ਜਿਹੜੀ ਹਲਕਾ ਖਰੜ ਦੀ ਸੀਨੀਅਰ ਲੀਡਰਸ਼ਿਪ ਅਸੀਂ ਇਕੱਠੇ ਹੋਏ ਸੀ ਤੇ ਉਹਦੇ ਸੰਬੰਧ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਹੈ ਤੇ ਉਹ ਡਿਸਾਈਡ ਕੀਤਾ ਵੀ ਕਿਹੜੇ ਰੂਟ ਤੇ ਜਾਣਾ, ਕਿਹੜੇ ਦਿਨ ਅਸੀਂ ਇਹ ਆਪਣਾ ਯਾਤਰਾ ਜਿਹੜੀ ਨਿਕਾਲਣੀ, ਉਹ ਸਾਰਿਆਂ ਦੇ ਸੁਝਾਅ ਲਏ ਗਏ ਨੇ, ਇਸ ਲਈ ਸਾਰੇ ਇਕੱਠੇ ਹੋਏ ਸੀ। ਬਿਆਨ ਦਿੱਤਾ ਗਿਆ ਹੈ ਕਿ ਜਿਹੜਾ ਇਹ ਪੰਜਾ ਹੈ ਚੋਣ ਨਿਸ਼ਾਨ ਹੈ, ਗੁਰੂਆਂ ਦਾ ਚੋਣ ਨਿਸ਼ਾਨ ਹੈ, ਵੀ ਇਸ ਪੰਜੇ ਨੂੰ ਵੋਟ ਪਾਓ। ਇਹ ਗੁਰੂਆਂ ਦਾ ਚੋਣ ਨਿਸ਼ਾਨ ਨੀ ਜੀ, ਇਹ ਗੁਰੂਆਂ ਦਾ ਪੰਜਾ ਨੀ ਹੈਗਾ, ਇਹ ਤਾਂ 84 ਦਾ ਜਿਹਨੇ ਲੋਕਾਂ ਦੇ ਗਲ ਵੱਢੇ ਉਹ ਖੂਨੀ ਪੰਜਾ ਹੈ। ਉਹ ਖੂਨੀ ਪੰਜਾ ਜਿਹਨੇ ਗਲਾਂ 'ਚ ਪੈਰ ਪਾ ਕੇ ਸਾਡੀਆਂ, ਸਾਡੇ ਬੱਚਿਆਂ ਨੂੰ, ਧੀਆਂ ਭੈਣਾਂ ਨੂੰ, ਸਾਡੇ ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ ਫੂਕਿਆ, ਇਹ ਉਹ ਖੂਨੀ ਪੰਜਾ। ਸੋ ਇਹ ਖੂਨੀ ਪੰਜਾ ਜਿਹਨੇ ਟੈਂਕਾਂ ਤੇ ਤੋਪਾਂ ਦੇ ਗੋਲੇ ਉੱਥੇ ਆਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਿਹੜੇ ਇਹਨਾਂ ਨੇ ਢਹਿ ਢੇਰੀ ਕੀਤਾ, ਸੋ ਇਹ ਬੜੀ ਗਲਤ ਗੱਲ ਹੈ ਜੀ ਇਹ ਗੱਲ ਕਹਿਣੀ। ਸੋ ਲੋਕਾਂ ਨੂੰ ਪਤਾ ਜੀ ਵੀ ਕੀ ਕੀਤਾ ਕਾਂਗਰਸ ਨੇ ਸਾਡੇ ਨਾਲ। ਮੇਰਾ ਖਿਆਲ ਕਹਿਣ ਚ ਫਰਕ ਹੈ, ਉਹ ਜੀਰੋ ਅੱਗੇ ਆਉਣੀ ਤੇ ਤੁਸੀਂ ਦੇਖੋਗੇ 4 ਤਰੀਕ ਨੂੰ ਜੀਰੋ ਅੱਗੇ ਹੋਏਗੇ, 13 ਪਿੱਛੇ ਹੋਏਗਾ।